संगत सिंह गिलजियां नूं कोर्ट वालों कोई राहत नहीं मिली। गिलजियां ने अपने खिलाफ दर्ज मामले नूं रद्द करवाउण दे लई पिटीशन पाई सी। मामले दे विच सरकार तों स्टेटस रिपोर्ट ते नोटिस जारी कर दिता गया। 20 जुलाई नूं इस मामले की अगली सुनवाई होगी। भ्रिष्टाचार मामले दे विच FIR दर्ज है जिस दे विच गिलजियां दा भी नाम है। इसे ते जानकारी देंगे नीतिका मेश्वरी, साडे नाल जुड़ चुके ने जी। नीतिका कि 6 जून नूं जदों संत सिंह धर्मसोत यानी कि साबका जंगलात मंत्री ते कार्रवाई की गई थी उस दौरान ही जिहड़ी FIR दर्ज की गई थी उसदे विच संगत सिंह गिलजियां दा नाम भी सीगा। ਕਿਹਾ ਗਿਆ ਸੀਗਾ ਕਿ ਖੇਡ ਟ੍ਰੀ ਨੂੰ ਲੈ ਕੇ ਉਸਨੂੰ ਲੈ ਕੇ ਘੁਟਾਲਾ ਕੀਤਾ ਗਿਆ ਹੈ, ਕਰਪਸ਼ਨ ਕੀਤੀ ਗਈ ਹੈ। ਹਾਲਾਂਕਿ ਸੰਗਤ ਸਿੰਘ ਗਿਲਜੀਆ ਵੱਲੋਂ ਇਸ FIR ਨੂੰ ਖਾਰਿਜ ਕਰਨ ਲਈ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ। ਨਾਲ ਹੀ ਉਹਨਾਂ ਨੇ ਕਿਹਾ ਸੀ ਇਹ ਸਿਰਫ ਉਸਦਾ ਪੋਲੀਟੀਕਲ ਵੈਂਡੇਟਾ ਹੈ ਤੇ ਉਹ ਬਹੁਤ ਘੱਟ ਟਾਈਮ ਲਈ ਜੰਗਲਾਤ ਮੰਤਰੀ ਰਹੇ ਨੇ, ਨਾ ਹੀ ਕੋਈ ਓਮਿਸ਼ਨ ਹੈ ਤੇ ਨਾ ਹੀ ਕੋਈ ਕਮਿਸ਼ਨ ਦਾ ਇਹ ਮਾਮਲਾ ਹੈ, ਸਿਰਫ ਪੋਲੀਟੀਕਲ ਵੈਂਡੇਟਾ ਹੈ। FIR ਖਾਰਜ ਕਰਨ ਦੀ ਅਪੀਲ ਉਹਨਾਂ ਵੱਲੋਂ ਹਾਈਕੋਰਟ ਚ ਕੀਤੀ ਗਈ ਸੀ। ਹਾਲਾਂਕਿ ਅੱਜ ਉਹਨਾਂ ਨੂੰ ਕੋਈ ਰਾਹਤ ਜਿਹੜੀ ਆ ਉਹ ਨਹੀਂ ਮਿਲੀ, ਪਰ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਤੇ ਸਟੇਟਸ ਰਿਪੋਰਟ ਮੰਗੀ ਹੈ। 20 ਜੁਲਾਈ ਨੂੰ ਜਿਹੜੀ ਹੈ ਇਸ ਮਾਮਲੇ ਤੇ ਸੁਣਵਾਈ ਹੋਵੇਗੀ। ਜ਼ਾਹਿਰ ਤੌਰ ਤੇ ਅਗਲੀ ਸੁਣਵਾਈ ਹੋਏਗੀ, ਪਰ ਅੱਜ ਕੀ ਕੁਝ ਖਾਸ ਰਿਹਾ ਨਿਤਿਕਾ ਇਸ ਸੁਣਵਾਈ ਦੌਰਾਨ? ਅਮ੍ਰਿਤਾ, ਕਿਉਂਕਿ ਸੰਗਤ ਸਿੰਘ ਗਿਲਜੀਆ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸਿਰਫ ਇੱਕ ਹਰਮਹਿੰਦਰ ਦੇ ਬਿਆਨਾਂ ਤੋਂ ਬਾਅਦ ਉਹਨਾਂ ਤੇ ਇਹ ਮਾਮਲਾ ਜਿਹੜਾ ਹੈ ਉਹ ਦਰਜ ਕਰ ਦਿੱਤਾ ਗਿਆ। ਨਾਲ ਹੀ ਸਾਫ਼ ਤੌਰ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਰਕਾਰ ਬਦਲੀ ਤੇ ਜਦੋਂ ਹੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤਾਂ ਇੱਕ ਤੋਂ ਬਾਅਦ ਇੱਕ ਲੀਡਰ ਤੇ ਜਿਹੜੇ ਇਸ ਤਰ੍ਹਾਂ ਦੇ ਕੇਸ ਦਰਜ ਕੀਤੇ ਜਾ ਰਹੇ ਹੈ। ਸਾਧ ਸਿੰਘ ਧਰਮਸੋਤ ਤੇ ਕੀਤਾ, ਉਹਨਾਂ ਨੂੰ ਅਰੈਸਟ ਵੀ ਕੀਤਾ। ਜਦਕਿ ਜੇ ਗੱਲ ਕੀਤੀ ਜਾਵੇ ਸੰਗਤ ਸਿੰਘ ਗਿਲਜੀਆਂ ਦੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਘੱਟ ਸਮੇਂ ਲਈ ਸਪਟੈਂਬਰ ਤੋਂ ਲੈ ਕੇ ਜਨਵਰੀ ਤੱਕ ਯਾਨੀ ਕਿ ਕਰੀਬ 3 ਮਹੀਨੇ ਵੀ 3 ਤੋਂ 4 ਮਹੀਨੇ ਜਿਹੜਾ ਹੈ ਮੈਂ ਜੰਗਲਾਤ ਮੰਤਰੀ ਰਿਹਾ ਸੀ। ਉਸ ਦੌਰਾਨ ਐਸਾ ਕੋਈ ਵੀ ਕਰਪਸ਼ਨ ਉਹਨਾਂ ਨੇ ਨਹੀਂ ਕੀਤੀ। ਇਸਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਹੈ ਕਿ ਸਿਰਫ ਇੱਕ ਸ਼ਖਸ ਦੇ ਬਿਆਨਾਂ ਤੇ ਇਸ ਤਰ੍ਹਾਂ FIR ਦਰਜ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਇਸ ਲਈ ਇਸ FIR ਨੂੰ ਰੱਦ ਕੀਤਾ ਜਾਵੇ। ਇਹ ਅਪੀਲ ਉਹਨਾਂ ਵੱਲੋਂ ਕੋਰਟ ਦੇ ਵਿੱਚ ਕੀਤੀ ਗਈ ਸੀਗੀ। ਪਰ ਫਿਲਹਾਲ ਕਿਉਂਕਿ ਤੁਹਾਨੂੰ ਦੱਸਦੀਏ ਕਿ ਅੱਜ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਕੋਰਟ ਨੇ ਪੰਜਾਬ ਸਰਕਾਰ ਤੋਂ ਜ਼ਰੂਰ ਸਟੇਟਸ ਰਿਪੋਰਟ ਮੰਗੀ ਹੈ ਕਿ ਆਖਿਰ ਕੀ FIR ਹੈ, ਕੀ ਕੁਛ ਕਾਰਵਾਈ ਹੁਣ ਤੱਕ ਪੁਲਿਸ ਨੇ ਜਾਂ ਵਿਜੀਲੈਂਸ ਨੇ ਕੀਤੀ ਹੈ ਤੇ 20 ਤਰੀਕ ਤੱਕ। ਬਹੁਤ ਸ਼ੁਕਰੀਆ ਇਸ ਜਾਣਕਾਰੀ ਦੇ ਲਈ।